हाँ जी, सत श्री अकाल जी सारे नू। की हाल चाल मित्रों? तुम तो कहते होने भी ट्रैकिंग का ब्लॉग नहीं आया, इन्ने टाइम हो गया होया। इदा भी मैं हफ्ता घर ही सगा, तो ट्रक से लोड लूड चक्या नहीं आप। हूँ कल मैं तुरया सगा, तो कल तुरया लेट थोड़ा, तो मैनू टाइम नहीं मिले शूट करन दा वीडियो, वो करके चक्कर पै गया सगा। तो अज हूँ मैं नहा धो के इतने यूटा दे है I-15 222 नंबर एग्जिट से, तो इतों हम नहा धो के निकले। तो मैं चल फिर हम माड़ी जी ना वीडियो शूट कर लें तुम तो पहला ऑन ड्यूटी पाती आ, प्री ट्रिप कर लिया निका जहा, तो रब का डब लग रहे। बहर मौसम बड़ा वधिया, बदलवाई जी हुई वा, तो मैं तुम हम दिखा भी बहर की माहौल आ। नेरी नुरी बहुत चली लग रही है, इतना बीते बजे सारे ही लमेड़े पे आ, लमे पाए पे आ, बदल होया, बदल काफ़ी नीमा है इतने, पहाड़ियाँ जड़िया बदलने बच्चे इधर इधर भी जितने पहाड़ी हुई हैं, वो भी काफ़ी बदल है। मतलब मौसम बड़ा बढ़िया, लोग जैकटा भी पाई फिरते, पर मैं अद्धी टी शर्ट वाली अद्धिया वहाँ वाली टी शर्ट पाई फिर लिया। तो ट्रक अपना है थोड़ा जहा गंदा, धुआन आना होया, मक्खी मच्छर वाहवा वाजदा अजक, गर्मी आ गई करके। ਉਹਦਾ ਇਸ ਰੰਗ ਦਾ ਆਹ ਫਾਇਦਾ ਆ ਵੀ ਲਾਈਕ ਗੰਦਾ ਵੀ ਹੋਇਆ ਹੋਵੇ ਨਾ ਤਾਂ ਵੀ ਚਮਕਦਾ ਦੂਰ ਹੋਣਾ, ਇਹਦਾ ਇਹ ਫਾਇਦਾ ਹੈਗਾ। ਇੱਦਾਂ ਵੀ ਜ਼ਿਆਦਾ ਲੱਗਦਾ ਨਹੀਂ ਵੀ ਬਹੁਤ ਜ਼ਿਆਦਾ ਗੰਦਾ ਆ, ਨੇੜੇ ਆ ਕੇ ਫਿਰ ਤੁਸੀਂ ਦੇਖੋ ਨਾ, ਫਿਰ ਹੀ ਪਤਾ ਲੱਗਦਾ ਵੀ ਗੰਦਾ ਆ, ਨਹੀਂ ਤਾਂ ਐਂ ਲੱਗਦਾ ਵੀ ਜਿੱਦਾਂ ਹੁਣੇ ਧੋ ਕੇ ਲਿਆਉਂਦਾ, ਗੰਦਾ ਮਿੱਟੀ ਲੱਗੀ ਹੋਈ ਤੇ। ਪਰ ਦੂਰੋਂ ਨਹੀਂ ਤੁਹਾਨੂੰ ਮਿਲਣੀ ਮਿੱਟੀ, ਇਹ ਫਾਇਦਾ ਜ਼ਰੂਰ ਹੈ ਇਸ ਰੰਗ ਦਾ। ਹਾਂਜੀ ਬਾਈ ਲਿਓ, ਕੀ ਹਾਲ ਜੀ? ਆਪਾਂ ਹੁਣ ਹੈਗੇ ਜੀ I-15 ਦੇ ਉੱਤੇ ਸਾਲਟ ਲੇਕ ਸਿਟੀ, ਅਤੇ ਰੱਬ ਤੁਹਾਡਾ ਭਲਾ ਕਰੇ, ਇੱਥੋਂ ਮੈਂ 215 ਲੈ ਕੇ ਅਤੇ 80 'ਤੇ ਚੜ੍ਹਨਾ ਹਾਂ, ਅਤੇ 80 'ਤੇ ਚੜ੍ਹ ਕੇ ਮੋਹਰੇ ਆਉਂਦੀ ਹੈਗੀ ਆ ਹਿੱਲ, ਜਿੱਥੇ ਆਪਣਾ ਰਣਿਆਲੇ ਵਾਲਾ ਵੀਰ ਕਹਿੰਦਾ ਸੀਗਾ ਵੀ ਕੈਟ ਦੀ ਮੋਟਰ 80,000 ਚੱਕ ਕੇ ਅਤੇ 55 'ਤੇ ਚੜ੍ਹਦੀ ਆ। ਹੁਣ ਆਪਣੇ ਕੋਲ ਤਾਂ ਹੈਗੀ ਆ ਕਮਿੰਸ ਵੀਰੇ, ਅਤੇ ਆਪਾਂ ਹੁਣ ਜਾ ਕੇ ਦੇਖਦੇ ਹਾਂ ਵੀ ਕਮਿੰਸ ਜਿਹੜੀ ਆ ਇਹ ਕਿੰਨੇ ਕੁ 'ਤੇ ਚੜ੍ਹਦੀ ਆ। 562 ਆਪਣੇ ਕੋਲ, ਆਪਣੇ ਕੋਲ ਲੋਡ ਹੈਗਾ ਫੁੱਲ। ਜਦੋਂ ਮੈਂ ਲੋਡ ਚੱਕ ਕੇ ਤੁਰਿਆ ਸੀ ਤਾਂ 80,500 ਗਰੋਸ ਸੀਗੀ ਆਪਣੀ, ਅਤੇ ਟੈਂਕੀਆਂ ਮੈਂ ਕਰ ਲਈਆਂ ਸੀ ਅੱਧੀਆਂ ਸਕੇਲ 'ਤੇ ਜਾਣ ਤੋਂ ਪਹਿਲਾਂ, ਅਤੇ ਉਹਦੇ ਕਰਕੇ ਫਿਰ ਆਪਣਾ ਬਚਾਅ ਹੋ ਗਿਆ ਸਕੇਲ ਨਾਲ। ਹੁਣ ਟੈਂਕੀ ਆਪਣੀ ਫੁੱਲ ਆ ਅਤੇ ਗਰੋਸ ਫਿਰ 80,500-400 ਦੇ ਲਾਗੇ ਹੋਣੀ ਆ। ਦੇਖੀਏ ਹੁਣ ਵੀ ਕਮਿੰਸ ਕਿੱਦਾਂ ਕਰਦੀ ਆ। ਮੇਰੇ ਕੋਲ ਪਹਿਲਾਂ ਕੈਟ ਹੁੰਦੀ ਸੀ 379 'ਚ, ਤਾਂ 550 ਕੈਟ ਸੀਗੀ, ਅਤੇ ਮੈਂ ਉਹ ਵੀ ਚਾੜ੍ਹੀ ਇਸ ਸੇਲ 'ਤੇ ਉੱਦਾਂ, ਅਤੇ ਉਹ ਵੀ 55 'ਤੇ ਤਾਂ ਨਹੀਂ ਚੜ੍ਹੀ ਸੀਗੀ, ਐਵੇਂ ਤੁਹਾਨੂੰ ਮੈਂ ਝੂਠ ਕਹਾਂ। ਬਾਕੀ ਹੁਣ ਅੱਜ ਦੇਖ ਲੈਂਦੇ ਹਾਂ ਵੀ ਕਮਿੰਸ ਕੀ ਕਹਿੰਦੀ ਆ ਨਾ। ਬਾਕੀ ਜੇ 55 ਵਾਲੀ ਗੱਲ ਆ, ਹੋ ਸਕਦਾ ਆਪਣੇ ਵੀਰ ਜੀ ਨੇ ਕੈਟ ਜਿਹੜੀ ਆ ਆਪਣੇ ਕੀਤੀ ਉਹ ਕ੍ਰੈਂਕ ਅਪ ਕੀਤੀ ਹੋਵੇ, ਆਪਾਂ ਨੂੰ ਉਹਦੇ ਬਾਰੇ ਨਹੀਂ ਕੋਈ ਨੌਲੇਜ ਹੈਗੀ। ਪਰ ਮੇਰੇ ਕੋਲੋਂ ਬਈ ਨਹੀਂ ਚੜ੍ਹਿਆ ਸੀਗਾ 55 'ਤੇ, ਹੈ ਨਾ। ਹੁਣ ਸ਼ਿਫਟਿੰਗ ਵੀ ਸਹੀ ਕੀਤੀ ਸੀ ਆਪਾਂ ਸਾਰਾ ਕੁਛ, ਬਾਕੀ ਅੱਜ ਪਤਾ ਲੱਗ ਜੂਗਾ ਵੀ ਹੁਣ ਇਹ ਵਾਲਾ ਜਿਹੜਾ ਆ 565 ਕਮਿੰਸ ਆ ਇਹ ਕਿੰਨੇ ਕੁ 'ਤੇ ਚੜ੍ਹਦੀ ਆ। ਮਾਰ ਲਈ ਗਿਆ ਜਿਹੜਾ ਬਸ 215 ਹੀ ਮੋਹਰੇ ਆਪਣੇ ਹੋਣੀ ਆ ਹਿੱਲ 80-80 ਹਾਈਵੇ, ਬੜਾ ਸੋਹਣਾ ਹਾਈਵੇ ਆ ਆਪਣਾ। ਮੈਂ ਕਵਰੇਜ ਲੈ ਕੇ ਪਹਿਲੀ ਵਾਰ ਚੱਲਾਂ ਮੈਂ 80 'ਤੇ, 379 ਤਾਂ ਬਥੇਰਾ ਚਲਾਇਆ ਸੀ 80 'ਤੇ, ਅਤੇ ਆਪਣਾ ਤੇਜ਼ ਘੁੰਮਾਈ ਮੋਹਰੇ ਆ ਕੇ ਦੇਖ ਲਵਾਂ ਚੱਲਦੀਆਂ ਗੱਡੀਆਂ ਨਾ ਲੈ ਕੇ ਤੁਰੇ ਬਰੋਕਰ ਮੇਰਾ ਤਾਂ ਚਾਹ ਪਾਣੀ ਬਣਦਾ ਬਾਕੀ ਇੱਕ ਦਿਨ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਡੈਸ਼ ਕੈਮ ਟਰੱਕ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ, ਅਤੇ ਅੱਜ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਆਪਣੇ ਕੋਲ ਜਿਹੜਾ CB ਰੇਡੀਓ ਆ ਇਹ ਵੀ ਜ਼ਰੂਰੀ ਬਹੁਤ ਆ ਟਰੱਕ ਦੇ ਵਿੱਚ, ਕਿਉਂਕਿ ਰੱਬ ਨਾ ਕਰੇ ਕਿਤੇ ਮੋਹਰੇ ਹਵੀ ਨਵੀ ਹੋ ਜਾਵੇ ਤਾਂ ਤੁਹਾਡੇ ਕੋਲ ਜੇ CB ਰੇਡੀਓ ਹੈਗਾ ਆ, ਅਤੇ ਆਪਣਾ ਕਿਉਂਕਿ ਹਰੇਕ ਬੰਦੇ ਕੋਲ ਆਲਮੋਸਟ ਜਿਹੜਾ ਟਰੈਕਿੰਗ ਦੇ ਵਿੱਚ ਹੈਗਾ ਉਹਦੇ ਕੋਲ CB ਹੋਣਾ ਚਾਹੀਦਾ ਆ। CB ਦਾ ਇੱਦਾਂ ਆ ਬਰੋ ਵੀ ਆਪਣਾ ਆਪਾਂ ਹੁਣ ਕਹਿੰਦੇ ਵੀ ਸਾਨੂੰ ਕੀ ਲੋੜ ਆ CB ਦੀ, ਹੈ ਨਾ, ਕਿਉਂਕਿ CB ਸਾਨੂੰ ਲੋੜ ਨਹੀਂ ਹੈਗੀ। ਆਪਣੇ ਕੋਲ ਫੋਨ ਹੈਗੇ ਆ, ਵਿੱਚ ਮੈਪ ਹੈਗੇ ਆ,
ਵਿੱਚ ਵੈਦਰ ਚੈਨਲ ਚੱਲਦੇ ਆ, ਸਾਨੂੰ ਪਤਾ ਵੀ ਕਿੰਨਾ ਟੈਂਪਰੇਚਰ ਆ, ਮੋਰੇ ਰੋਡ ਬਣਦੇ ਆ ਜਾਂ ਕਿੱਦਾਂ, ਹੈ ਨਾ। ਪਰ ਸੀ ਬੀ ਦਾ ਫਾਇਦਾ ਇਹ ਆ ਵੀ ਆਪਣਾ ਕਈ ਵਾਰੀ ਕੀ ਹੁੰਦਾ, ਤੁਹਾਡੇ ਤੋਂ ਇੱਕ ਮੀਲ ਗਾਹਾਂ ਦੋ ਮੀਲ ਗਾਹਾਂ ਕੋਈ ਹੈਪਨ ਹੋ ਗਿਆ, ਵਿਜੀਬਿਲਟੀ ਘੱਟ ਆ, ਸਨੋਅ ਪੈ ਰਹੀ ਆ, ਆਈਸੀ ਹੋਇਆ ਪਿਆ, ਹੈ ਨਾ, ਤੁਹਾਨੂੰ ਨਹੀਂ ਦਿਸ ਰਿਹਾ। ਜਿਹੜੇ ਮੂਹਰੋਂ ਟਰੱਕ ਆਉਂਦੇ ਆ ਉਹਨਾਂ ਦੇ ਵਿੱਚ ਮੋਸਟ ਲਾਈਕਲੀ ਜਿਹੜੇ ਗੋਰੇ ਹੈਗੇ ਉਹਨਾਂ ਕੋਲ ਹਰੇਕ ਬੰਦੇ ਕੋਲ ਸੀ ਬੀ ਹੈਗੇ ਨੇ, ਉਹ ਤੁਹਾਨੂੰ ਮੋਹਰੇ ਰੌਲਾ ਪਾਉਂਦੇ ਆਉਂਦੇ ਆ ਵੀ ਮੋਹਰੇ ਬਾਈ ਇੰਨੇ ਨੰਬਰ ਮੀਲ ਮਾਰਕ 'ਤੇ ਐਕਸੀਡੈਂਟ ਹੋ ਗਿਆ, ਵਿਜੀਬਿਲਟੀ ਘੱਟ ਆ, ਸਲੋ ਡਾਊਨ ਜਾਂ ਕੁਛ ਵੀ ਆ, ਰੁਕ ਜਾਓ, ਹੈ ਨਾ। ਜੇ ਤੁਹਾਨੂੰ ਪਤਾ ਲੱਗ ਗਿਆ ਵੀ ਹਾਂ ਵੀ ਇੱਕ ਮੀਲ ਅੱਗੇ ਦੋ ਮੀਲ ਅੱਗੇ ਐਕਸੀਡੈਂਟ ਹੋਇਆ ਆ, ਤੁਸੀਂ ਸਾਈਡ 'ਤੇ ਰੋਕ ਲਉਂਗੇ ਜਾਂ ਹੌਲੀ ਕਰ ਲਉਂਗੇ ਜਾਂ ਕੁਛ ਵੀ, ਹੈ ਨਾ, ਤੁਸੀਂ ਪ੍ਰਪੇਅਰ ਹੋ ਜੂਗੇ ਵੀ ਹਾਂਜੀ ਮੋਹਰੇ ਕੁਛ ਹੈਪਨ ਹੋਇਆ ਹੈਗਾ ਆ। ਜੇ ਤੁਹਾਡੇ ਕੋਲ ਸੀ ਬੀ ਰੇਡੀ ਨਹੀਂ ਆ, ਕੋਈ ਬੰਦਾ ਉੱਧਰੋਂ ਰੌਲਾ ਪਾਉਂਦਾ ਲੰਘ ਗਿਆ ਅਤੇ ਆਪਾਂ ਨੂੰ ਪਤਾ ਨਹੀਂ ਲੱਗਾ, ਭਾਈ ਸਾਹਿਬ ਜੀ ਰੱਬ ਨਾ ਕਰੇ, ਹੁਣ ਤੁਹਾਨੂੰ ਪਤਾ ਹੀ ਆ ਵੀ 80 ਦੇ ਉੱਤੇ ਕਿੱਦਾਂ ਹੁੰਦੀ ਹੈਗੀ, ਹੈ ਨਾ, ਵੀ ਪਾਇਲਪ ਹੋ ਗਿਆ ਜੀ, 70 ਗੱਡੀਆਂ ਵੱਜੀਆਂ, 60 ਟਰੱਕ ਵੱਜੇ, ਨਾ, ਉਹਦਾ ਮੇਨ ਰੀਜ਼ਨ ਇਹੀ ਹੈਗਾ ਆ। ਇਸ ਕਰਕੇ ਸੀ ਬੀ ਜਿਹੜਾ ਆਪਣਾ ਜ਼ਰੂਰ ਹੋਣਾ ਚਾਹੀਦਾ ਆ, 19 ਨੰਬਰ ਐਮਰਜੈਂਸੀ ਚੈਨਲ ਹੈਗਾ ਸੀ ਬੀ ਦਾ, ਅਤੇ 19 ਨੰਬਰ ਹਰ ਵੇਲੇ ਔਨ ਰੱਖੋ। ਅਤੇ ਕਈ ਵਾਰੀ ਕੀ ਹੁੰਦਾ ਕੋਈ ਤੁਹਾਡਾ ਟਾਇਰ ਪਾਟਾ ਆ ਜਾਂ ਮਗਰੋਂ ਬ੍ਰੇਕ ਲੀਕ ਕਰ ਰਹੀ ਹੈ ਜਾਂ ਧੂੰਆਂ ਨਿਕਲ ਰਿਹਾ ਆ ਜਾਂ ਤੁਹਾਡਾ ਤੇਲ ਲੀਕ ਕਰ ਰਿਹਾ ਆ ਜਾਂ ਤੁਹਾਡਾ ਕੋਈ ਫਿਊਲ ਟੈਂਕ ਖੁੱਲ੍ਹਾ ਰਹਿ ਗਿਆ ਹੈਗਾ, ਹੈ ਨਾ, ਇੱਦਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਨਾਲ ਲੰਘਦੇ ਟਰੱਕ ਦੱਸ ਜਾਂਦੇ ਆ। ਕਈ ਵਾਰੀ ਕੀ ਹੁੰਦਾ ਤੁਹਾਡੀ ਕੋਈ, ਤੁਸੀਂ ਪ੍ਰੀ ਟ੍ਰਿਪ ਕਰਕੇ ਤੁਰੇ ਆ, ਲਾਈਟਾਂ ਜਗਦੀਆਂ ਆ, ਤੁਸੀਂ ਕੋਈ ਬੰਪ ਹਿੱਟ ਕੀਤਾ, ਕੋਈ ਤੁਹਾਡੇ ਤਾਰ ਲਹਿ ਗਈ, ਟੁੱਟ ਗਈ, ਹੈ ਨਾ, ਅਤੇ ਤੁਹਾਡੀਆਂ ਲਾਈਟਾਂ ਬੰਦ ਹੋ ਗਈਆਂ, ਤੁਹਾਨੂੰ ਕੋਈ ਲੰਘਦਾ ਵੜਦਾ ਟਰੱਕ ਵਾਲਾ ਜਿਹਾ ਦੱਸ ਜੂਗਾ ਵੀ ਤੇਰੀਆਂ ਬਾਈ ਲਾਈਟਾਂ ਬੰਦ ਆ। ਜੇ ਤੁਹਾਡੇ ਕੋਲ ਸੀ ਬੀ ਹੈਗਾ ਤੁਸੀਂ ਉਹਦੀ ਗੱਲ ਸੁਣ ਲਉਂਗੇ ਅਤੇ ਤੁਸੀਂ ਆਪਣੀਆਂ ਲਾਈਟਾਂ ਸੈੱਟ ਕਰ ਲਉਂਗੇ। ਪਰ ਜੇ ਤੁਹਾਡੇ ਕੋਲ ਸੀ ਬੀ ਨਹੀਂ ਹੈਗਾ ਅਤੇ ਅਗਲਾ ਤੁਹਾਨੂੰ ਦੱਸ ਗਿਆ, ਤੁਹਾਨੂੰ ਨਹੀਂ ਪਤਾ ਲੱਗਾ, ਅੱਗੇ ਜਾਊਂਗੇ ਤਾਂ ਅੱਗੇ ਤੁਹਾਨੂੰ ਕਿਸੇ ਨਾ ਕਿਸੇ ਮਾਮਲੇ ਰੋਕ ਕੇ ਪ੍ਰਸ਼ਾਦਾ ਵੀ ਦੇ ਦੇਣਾ ਹੈਗਾ ਨਾ। ਇਹ ਸੀ ਬੀ ਦੀ ਮਹੱਤਤਾ ਬਹੁਤ ਜ਼ਿਆਦਾ ਆ। ਅਤੇ ਜੇ ਕੋਈ ਮੰਨ ਲਓ ਵੀ ਮੈਂ ਕੁਛ ਦੇਖ ਲਿਆ ਵੀ ਹਾਂਜੀ ਵੀ ਉੱਧਰ ਲਈ ਔਨ ਕਮਿੰਗ ਟ੍ਰੈਫਿਕ ਦੇ ਵਿੱਚ ਕੋਈ ਹੈਪਨ ਹੋ ਗਿਆ ਹੈਗਾ ਅਤੇ ਸਾਡਾ ਵੀ ਫਰਜ਼ ਬਣਦਾ, ਅਸੀਂ ਵੀ ਦੂਜੇ ਡਰਾਈਵਰਾਂ ਨੂੰ ਦੱਸੀਏ ਵੀ ਭਰਾ ਅੱਗੇ ਐਕਸੀਡੈਂਟ ਹੋ ਗਿਆ ਜਾਂ ਕੁਛ ਵੀ ਹੈਗਾ ਨਾ, ਵੀ ਰੋਡ ਕੰਡੀਸ਼ਨ ਆ। ਕਈ ਵਾਰੀ ਕੀ ਹੁੰਦਾ ਆ, ਤੁਸੀਂ ਕੈਲੀਫੋਰਨੀਆ ਦੇ ਵਿੱਚ ਜਾ ਰਹੇ ਆ, ਤੁਹਾਨੂੰ ਕੋਈ ਕਾਹਲੀ ਆ, ਤੁਸੀਂ ਸਪੀਡ ਕਰ ਰਹੇ ਆ ਨਾ, ਤੁਸੀਂ ਪੁੱਛ ਸਕਦੇ ਹੋ ਉਹਦੇ ਟਰੱਕਾਂ ਨੂੰ ਵੀ ਹਾਂ ਵੀ ਕੋਈ ਅੱਗੇ ਪੁਲਿਸ ਵਾਲਾ ਤਾਂ ਨਹੀਂ ਹੈਗਾ, ਜਾਂ ਜੇ ਤੁਸੀਂ ਤੁਹਾਨੂੰ ਲੱਗਦਾ ਦੂਜੇ ਬੰਦੇ ਕੋਈ ਹੌਲੀ ਤੇਜ਼ ਆ ਰਿਹਾ ਆ, ਤੁਸੀਂ ਦੱਸ ਸਕਦੇ ਵੀ ਹਾਂਜੀ ਇੰਨੇ ਨੰਬਰ ਮੀਲ ਮਾਰਕ 'ਤੇ ਖੜ੍ਹਾ ਹੈਗਾ ਪੁਲਿਸ ਵਾਲਾ ਨਾ, ਮਤਲਬ ਕਿ ਇਹ ਹੈਲਪ ਹੋ ਜਾਂਦੀ ਹੈ ਇੱਕ ਦੂਜੇ ਟਰੱਕਰ ਦੀ। ਅਤੇ ਵਧੀਆ ਚੀਜ਼ ਹੈਗੀ ਆ ਇਹ, ਆਪਾਂ ਅੰਡਰਰੇਟਡ ਹੈਗੀ ਚੀਜ਼ ਆ ਇਸ ਵੇਲੇ ਸਾਡੀ ਪੰਜਾਬੀ ਕਮਿਊਨਿਟੀ ਦੇ ਵਿੱਚ, ਤਾਂ ਬਹੁਤ ਜ਼ਿਆਦਾ ਆਪਾਂ ਇਹਨੂੰ ਕੋਈ ਇੰਪੋਰਟੈਂਸ ਨਹੀਂ ਦਿੰਦੇ ਹੈਗੇ, ਕਿਉਂਕਿ ਆਪਾਂ ਸੋਚਦੇ ਵੀ ਨਹੀਂ ਸਾਡੇ ਕੋਲ ਫੋਨ ਹੈਗੇ ਆ, ਇੰਟਰਨੈਟ ਹੈਗੇ ਆ, ਆਪਾਂ ਲੋੜ ਨਹੀਂ। ਪਰ ਇਸ ਚੀਜ਼ ਦੀ ਲੋੜ ਤੁਹਾਡੇ ਆਲੇ ਦੁਆਲੇ ਦੇ 5-7 ਮੀਲ ਦੇ ਦਾਇਰੇ ਦੇ ਵਿੱਚ ਤੁਹਾਨੂੰ ਇੰਸਟੈਂਟਲੀ ਜਿਹੜੀ ਖਬਰ ਮਿਲਣੀ ਆ ਉਹਦੇ ਵਾਸਤੇ ਬਹੁਤ ਜ਼ਰੂਰੀ ਆ। ਅਤੇ ਮੇਰੇ ਵੀਰ ਜਿਹਨਾਂ ਕੋਲ ਸੀ ਬੀ ਨਹੀਂ ਹੈਗੇ ਉਹ ਜ਼ਰੂਰ ਲਓ ਟਰੱਕਾਂ ਦੇ ਵਿੱਚ ਸੀ ਬੀ, ਅਤੇ ਜਿਹਨਾਂ ਕੋਲ ਹੈਗੇ ਨੇ ਉਹ ਔਨ ਜ਼ਰੂਰ ਰੱਖਿਆ ਕਰੋ ਇਹਨਾਂ ਨੂੰ। ਆਹ ਲਓ ਜੀ ਬਾਈ, ਉਹ 215 ਤੋਂ ਆਪਣਾ ਐਗਜ਼ਿਟ ਆ ਗਿਆ ਹੈਗਾ IID ਈਸਟ ਦਾ। ਇੱਥੇ ਈਸਟ ਦੇ ਚੜ੍ਹ ਕੇ ਆਪਾਂ ਨੂੰ ਨਾਲ ਲੱਗਦੀ ਹਿੱਲ ਸ਼ੁਰੂ ਹੋ ਜਾਣੀ ਆ, ਅਤੇ ਚੰਗੇੜਾ ਕੱਢਦੀ ਉਹ ਹਿੱਲ ਪੂਰਾ। ਲੱਗ ਰਿਹਾ ਟਰੱਕ ਦਾ ਜ਼ੋਰ ਪੂਰਾ, ਉਹ ਮੋੜਾ ਚੜ੍ਹਾਇਆ ਵਿੱਚ ਪਹਿਲਾਂ ਰੇਸ ਘਟਾਉਣੀ ਪੈ ਜਾਂਦੀ ਹੈ, ਸਪੀਡ ਘਟਾਉਣੀ ਪੈ ਜਾਂਦੀ ਹੈ, ਅਤੇ ਫਿਰ ਨਾਲ ਲੱਗਦੀ ਹਿੱਲ ਵੀ ਆ ਜਾਂਦੀ ਹੈ, ਅਤੇ ਹੁਣ ਫਿਰ ਟਰੱਕ ਕਹਿੰਦਾ ਵੀ ਟਿਕਲ ਦੇ ਤਾਂ ਮੈਂ ਭਰਨੀਆਂ ਪਾਕੇ ਅੜਾ ਲੈਣੀਆਂ ਫਾਕੀਆਂ ਤਿਕਲਦੀਆਂ ਕਹਿੰਦਾ ਮੈਂ।
हाँ जी बेलियो, मैनू ना मेरे एक फ्रेंड ने कहा है भी बाई जी अपना ना पॉइंट ऑफ व्यू जोड़ा है भी वो थोड़ा चेंज करो, भाई गेयर पेंदे दिखन तो रब का डबला करे, स्टेयरिंग घूमता दिखे तो डैशबोर्ड दिखे तो माड़ा मोटा रोड भी दिखे। हूँ मैं अच्छे ट्राई कर लगा हाँ, क्योंकि एक गल तो जी हैगी वो ये आई जे मैं पॉइंट ऑफ व्यू जोड़ा अपना हुड तो चक के पिछे लैके आना है तो मोहरे जिसका कुछ नहीं, क्योंकि अपना वाइजर बहुत लो हैगा तो वो करके अच्छ आप ट्राई करनी है। तो बाकी देखो मैं चलो एक बार देख लें वीडियो बना के स्टेयरिंग घूमता कि लगता तो गेयर पेंदे कि लगते हैं। हूँ इतने है भी ये वाइंडिंग जहाँ रोड आ नाले चलो स्टेयरिंग भी घूमूगा इतने तो रब का डबला करे तो गेयर भी पैने हैं क्योंकि अप हिल डाउन हिल भी हैगी इतने। मामे ने लाइया ब्रेक इत ग मामा दे रहा टिकट हाँ आ चक्के पे चंगेड़े कटे पे ट्रक वाला भाई मोहरे आ गए होना हो गया हो ही आ मार दी ब्रेक वही और देख भरावा मिलना कर मैं जिदा कहता है कि भी हिल चाड़नी है तो मैं तुम दस दी हिल किन्ने चढ़िया अपने यार ट्रक बई जी चढ़िया 33-34 है ना फुल क्रॉस आ 80,000 के गेट से ही आ थोड़ी जो वध होगी 80,000 तो जा 50 पाउंड घट होगी। तो बाकी अपना ट्रक हूँ है 565 और पावर तो ये भाई साहब जी चढ़िया है जी 33-34 की स्पीड से। तो कैट मेरे को पहले होंगी सी आप कैट भी चढ़ के देखी हुई इस हिल से तो कैट भी नहीं चढ़ी सी 55 तो ना कमल चढ़िया 565 है ना। बाकी हम पता नहीं बाई ने क्रैंकअप किया होगा शायद ता चढ़ता होगा पहले बाई का अपना हिसाब आ उन्हें किया होगा एक्सपीरियंस भी मैं तुम दसता भी मेरे को कैट भी सी तो मेरे को हूँ कमज भी है तो अपना तो बई दोनों ट्रकों के बच्चे कोई भी नहीं चढ़िया है 80,000 चक के 55 की स्पीड से 50 की स्पीड से क्योंकि जी हिल आ यूटा वाली 80 के उत्ते तो कोई खाला जी का बाड़ा नहीं है बहुत तकड़ी हिल आ गर्मियों के डिफरेंशियल डिफरेंशियल सब गर्म हो जाते ट्रांसमिशन गर्म डिफरेंशियल गर्म इंजन गर्म नवे ट्रकों गर्म हो जाते हैं पुराने तो चलो गल ही बखरी है ना वो गल् पता ने। हाँ हूँ आप यूटा छड़ रहे हैं जी तो मिलना तो मेरे 50 मील से अपना वायमिंग स्टेट आ जानी हैगी वायमिंग तो बड़ा ही सोहना वायमिंग जी वैसे तो यूटा भी इतने बहुत सोहना आ वाइंडिंग रोड आ बाकी वधिया गलबात हैगी इतने तेरी भैन आ मारिया ट्रक ने आप ही ब्रेकां ये ना मैं लगता एंटी रोल वाला जुगाड़ जो कुछ हैगा आ जिदा तुम मोड़ मोड़ते हैं ज़्यादा अपना ट्रक में खिंच पै जाए मोड़ मोड़ते हैं ब्रेक मार जाता आप ही होने ही इन्हें ब्रेक मारिया है मैं नहीं पता तुझे वीडियो के बच्चे चीज़ नोटिस हुई होगी कि नहीं ये ब्रेक मारिया ट्रक ने आप ही जिदन पहले दिन इन्हें ब्रेक मारिया से मैं सेंटा मरिया तो लोड चक के आ रहा था उदन उदन इन्हें ब्रेक मारिया तो मैंने लगा मैं क्या तेल मौक गया मैं जब फिल्टर चाक हो गए ना फ्यूल फिल्टर मैं ता ट्रक रेस ही छड़ता है ना तो बाद मैं फिर पता लगा भी ये फिल्टर चाक नहीं गए है ये एंटी रोल वाला जुगाड़ जो कुछ लगा आ जो ट्रक ज़्यादा खिच जी पाँदा है जो मोड़ मोड़ते हैं अपना जिदा ज़्यादा स्पीड से खिच जी पीती है तो ये इंजन ब्रेक ला दा उस वेले तो नाल ही ब्रेक मार दिता आप ही ये हम मैं भी कोई वधिया चीज़ भी नहीं लगी बाकी इन्हों उन्होंने कित हैल्प भी कर सकती है पर मैं वधिया नहीं लगी क्योंकि ये ड्राइवर का कंट्रोल नहीं है खुद का। हूँ मैं पता से मेरा ट्रक मुड़ जाना है ना वाइंडिंग जो रोड है इतने 55 ट्रक आराम ना मुड़ते हैं तो मैनू पता है पर सिस्टम नहीं लगा भी नहीं तेज है ट्रक तो ब्रेक मारती है ना इदा है मतलब कि मैं टेक्नोलॉजी के अगेंस्ट नहीं है बट मैं हों मेरे ट्रक के बच्चे गड्डी के बच्चे जोड़ा पूरा कंट्रोल है वो मेरा खुद का हो कि मशीनरी का। Thank you.
हाँ जी मित्रों अज अपनी वीडियो एंड करने तो पहला मैं तुम्हें दो गल लाइना सुना जिहड़ियां मैं लिखियां जिहड़ी मेरी जिंदगी दा असूल आ। ना माड़ा सहने ते ना माड़ा कहने उस रब की रजा च राजी रहने। तू भाजी पाई मैं मोड़ी नहीं ए ना समझी खत्म कहानी आ। जट लोहा गर्म होए तो सट मारूगा ए माड़ी आदत मेरी बहुत पुरानी आ बहुत पुरानी आ। सो मित्रों जे कोई तुहाडे बारे माड़ा चंगा बोलदा हरेक बंदे दी जिंदगी दे विच कोई ना कोई बंदा इदां दा हैगा जिहड़ा तुहानू डीमोरलाइज करना चाहुंदा डीमोटिवेट करना चाहुंदा तुहाडे बारे माड़ा चंगा बोलदा आ है ना। तो लाइक जे तुसीं डाउनफॉल च आ तुहाडा मजाक उड़ाउंदा जां कुछ भी करदा उन्हां बंदिआं नूं जवाब ना दो कुछ भी कहण दी लोड़ नहीं। प्रूव करो अपने आप नूं एक दिन खड़े हो के अगले बंदे आपे चुप करनगे है ना। इस करके इन्हां गल्लां ध्यान रखो लड़ाई करन च कोई फायदा नहीं। बस सट उदो मारो जो लोहा गर्म आ अगला बंदा मुड़ के ना हथ ला ला देखे भी बंदा कर की गया। बस चलो चंगा जी फिर मेरे वालों सत श्री अकाल अज का ब्लॉग इत्थे खत्म करदे आ। मिलदे आ फिर रब रखा जी।